ਵੀ ਥੋੜਾ ਸਵਾਗਤ ਆ ਸਾਡੇ ਨਵੇਂ ਵਲੌਗ 'ਚ ਗਰਿਆ ਵਲੌਗ 'ਚ ਅਤੇ ਅੱਜ ਆਪਾਂ ਧੋਣੀ ਆ ਜੈਪਸੀ ਅਤੇ ਇੱਕ ਗੱਡੀ ਫਿਰ ਤੁਹਾਨੂੰ ਦਿਖਾਉਂਦੇ ਹਾਂ ਹੁਣ ਪੈਪ ਪੂਪ ਲਾਉਂਦੇ ਹਾਂ ਦਿਖਾਉਂਦੇ ਮੈਨੂੰ ਗਮਲੇ ਰੱਖਣੇ ਨੇ ਪਾਰਕ ਕੋਲ ਅਤੇ ਦਿਖਾਉਂਦੇ ਤੁਹਾਨੂੰ ਕਹੋ ਰੇਹੜੀ ਜੀ ਹੈਗੀ ਉਹਦੇ ਨਾਲ ਰੱਖਦੇ ਹਾਂ ਤੁਹਾਨੂੰ ਦਿਖਾਉਂਦੇ ਹਾਂ ਰੇਹੜੀ ਇਹ ਤਾਂ ਗਡਾਈ ਕਰਨ ਵਾਲੀ ਹੈ ਇਹਦੇ ਨਾਲ ਹੀ ਚੱਕ ਲੈਣੇ ਆਪਾਂ ਗਮਲੇ ਇਹਦੇ ਨਾਲ ਚੱਕ ਚੱਕ ਕੇ ਇੱਥੇ ਚੱਕ ਕੇ ਰੱਖੀ ਜਾਂਦੇ ਦੋ ਰੱਖ ਤੇ ਇੱਥੇ ਅਤੇ ਤੁਹਾਨੂੰ ਦਿਖਾਉਂਦਾ ਇਹ ਰੱਖਣੇ ਨੇ ਹੋਰ ਰੱਖਣੇ ਨੇ ਆਹ ਵੀ ਚੱਕ ਕੇ ਅਤੇ ਆਹ ਵੀ ਉੱਥੇ ਰੱਖਣੇ ਨੇ ਸਾਰੇ ਚੱਕ ਕੇ ਚੱਕ ਕੇ ਫੇਸ ਉਹਨੂੰ ਮਿਲਦੇ ਹਾਂ ਹੁਣ ਆਪਾਂ ਜਿੱਥੇ ਧੋਣੀ ਆ ਉੱਥੇ ਲਾ ਤੀ ਆਪਾਂ ਜੈਪਸੀ ਉਹ ਭਈਆ ਪੈਪ ਇਹਨੂੰ ਸ਼ੀਸ਼ੇ ਸ਼ੂਸ਼ੇ ਚਾੜ ਕੇ ਜੈਪਸੀ ਦੇ ਇੱਧਰ ਲਾ ਵੀ ਇੱਧਰਲਾ ਔਖਾ ਚੜ੍ਹਦਾ ਵਾ ਅਤੇ ਇੱਧਰਲਾ ਸੌਖੇ ਚੜ੍ਹਦਾ ਇੱਧਰਲਾ ਚਾੜ੍ਹਤਾ ਜੀ ਅਤੇ ਹੁਣ ਉਹ ਚਾੜੀਏ ਉਹਨੂੰ ਕਰਦੇ ਹਾਂ ਆਪਾਂ ਬੰਦ ਜੀ ਕਰਤੀ ਬੰਦ ਗੇਟ ਪਾਤਾ ਬਾਹਰ ਚੱਲਦੇ ਹਾਂ ਅਤੇ ਆ ਪਿਆ ਪੈਪ ਪੂਪ ਜੀ ਜਿਹਦੇ ਨਾਲ ਉਹ ਕਰਨੀਆਂ ਪਾਉਣੀ ਹੈ ਜੈਸੀ ਉਹਦੇ ਸ਼ੈਂਪੂ ਰੱਖੇ ਨੇ ਅੱਜ ਜੀ ਕੱਲ੍ਹ ਬਾਕੀ ਕੱਲ੍ਹ ਰੱਖਾਂਗੇ ਓਕੇ ਜੀ ਮੈਂ ਇੱਥੇ ਜੀ ਅਤੇ ਪੈਪ ਅਤੇ ਆਹ ਸ਼ੈਂਪੂ ਲਿਆਂਦਾ ਅਤੇ ਕੱਪੜਾ ਅਤੇ ਜੀ ਪਾ ਕੇ ਸਾਰੇ ਫੇਰ ਦੇਣਾ ਤੁਹਾਨੂੰ ਦਿਖਾਉਂਦੇ ਹਾਂ ਫਿਰ ਪਹਿਲਾਂ ਪਾਣੀ ਫੇਰਾਂਗੇ ਫਿਰ ਸ਼ੈਂਪੂ ਸ਼ੈਂਪੂ ਫੇਰਾਂਗੇ ਤੁਹਾਨੂੰ ਦਿਖਾਉਣਾ ਦੇਖੋ ਐਸੇ ਰੱਖ ਕੇ ਫਿਰ ਤੁਹਾਨੂੰ ਦਿਖਾਉਂਦੇ ਹੁਣ ਆਪਾਂ ਮਾਰ ਲੈਂਦੇ ਸਰਫ ਦਿਖਾਉਂਦੇ ਤੁਹਾਨੂੰ ਮਾਰ ਕੇ ਅੱਧੀ ਕੁ ਮਾਰਤੀ ਸਰਫ ਤੁਹਾਨੂੰ ਦਿਖਾਈ ਉਹ ਸਰਫ ਮਾਰ ਕੇ ਪਾਣੀ ਮਾਰ ਕੇ ਫਿਰ ਤੁਹਾਨੂੰ ਮਿਲ ਜਾਣਾ ਬਾਹਰ ਚੈੱਕ ਕਰੋ ਓਕੇ ਮਾਰਤਾ ਟਾਈਮ ਹੋ ਗਿਆ ਘੰਟੇ ਟਾਈਮ ਹੋ ਗਏ ਵੱਜ ਗਏ ਸਾਢੇ ਪੰਜ ਹੋ ਗਏ ਹੁਣ ਨਹੀਂ ਗੱਡੀ ਧੋਣੀ ਸੀਗੀ ਹੁਣ ਗੱਡੀ ਦਾ ਹਨੇਰਾ ਹੋ ਗਿਆ ਅਤੇ ਠੰਡ ਵੀ ਹੋ ਗਈ ਅਤੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ